ਬਠਿੰਡਾ ਕੋਆਪਰੇਟਿਵ ਬੈਂਕ ਉੱਤੇ ਕਾਂਗਰਸੀਆਂ ਦਾ ਕਬਜ਼ਾ ਹੋ ਗਿਆ ਹੈ। ਇੱਥੇ ਬਿਨਾਂ ਮੁਕਾਬਲਾ 9 ਦੇ 9 ਕਾਂਗਰਸੀ ਡਾਇਰੈਕਟਰ ਚੁਣੇ ਗਏ ਹਨ। ਬਿਨਾਂ ਮੁਕਾਬਲਾ ਜੇਤੂ ਰਹੇ 9 ਡਾਇਰੈਕਟਰਾਂ, ਜਿਨ੍ਹਾਂ ਵਿੱਚ ਸਾਬਕਾ ਚੇਅਰਮੈਨ ਸੁਖਦੀਪ ਸਿੰਘ ਭਿੰਡਰ, ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਸਪੁੱਤਰ ਹਰਮਨਵੀਰ ਸਿੰਘ ਕਾਂਗੜ, ਸਾਬਕਾ ਵਾਈਸ ਚੇਅਰਮੈਨ ਟਹਿਲ ਸਿੰਘ ਸੰਧੂ, ਗੁਰਭਗਤ ਸਿੰਘ, ਨਵਤੇਜ ਸਿੰਘ, ਰਾਜਵੀਰ ਸਿੰਘ, ਜਗਸੀਰ ਸਿੰਘ, ਕੌਰ ਸਿੰਘ ਤੇ ਅਮਰਜੀਤ ਸਿੰਘ ਡਾਇਰੈਕਟਰ ਚੁਣੇ ਗਏ ਹਨ। ਚੁਣੇ ਗਏ ਡਾਇਰੈਕਟਰਾਂ ਦੇ ਸਮਰਥਕ ਵੱਲੋਂ ਖੁਸ਼ੀ ਵਿੱਚ ਲੱਡੂ ਵੀ ਵੰਡੇ ਗਏ। ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਕੱਤਰ, ਸੀਨੀਅਰ ਕਾਂਗਰਸੀ ਆਗੂ ਟਹਿਲ ਸਿੰਘ ਸੰਧੂ ਅਤੇ ਡਾਇਰੈਕਟਰ ਚੁਣੇ ਗਏ ਹਰਮਨਪ੍ਰੀਤ ਸਿੰਘ ਨੇ ਪ੍ਰੈਸ ਕਾਨਫਰੰਸ ਮੌਕੇ ਜਿੱਤ ਉੱਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਚੋਣ ਪ੍ਰਕਿਰਿਆ ਨੂੰ ਪੂਰੇ ਪਾਰਦਰਸ਼ੀ ਢੰਗ ਨਾਲ ਹੋਣ ਦਾ ਦਾਅਵਾ ਕੀਤਾ। ਅੱਜ ਬੈਂਕ ਆਫ ਬੋਰਡ ਦੇ ਡਾਇਰੈਕਟਰ ਦੀ ਚੋਣ ਹੋਈ ਹੈ। 9 ਦੇ 9 ਡਾਇਰੈਕਟਰ ਕਾਂਗਰਸ ਪਾਰਟੀ ਦੇ ਚੁਣੇ ਗਏ ਨੇ। ਬਹੁਤ ਹੀ ਸਤਿਕਾਰ ਜੋ ਸਾਨੂੰ ਲੋਕਾਂ ਨੇ ਸਾਥ ਦਿੱਤਾ, ਸਾਡੀ ਸਮੁੱਚੀ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਇੱਕ ਪਲੇਟਫਾਰਮ ਉੱਤੇ ਇਕੱਠੀ ਹੈ। ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਜੀ ਦੀ ਗਵਾਹੀ ਦੇ ਵਿੱਚ ਅਸੀਂ ਸਾਰੇ ਇਕੱਠੇ ਹਾਂ ਔਰ ਸਾਨੂੰ ਬੜੇ ਮਾਣ ਨਾਲ ਕਹਿਣਾ ਪੈ ਰਿਹਾ ਕਿ ਪਿਛਲੇ 13 ਸਾਲ ਤੋਂ ਜਿਹੜਾ ਅਕਾਲੀ ਦਲ ਦਾ ਇੱਥੇ ਇਸ ਬੋਰਡ 'ਤੇ ਬੈਂਕ 'ਤੇ ਕਬਜ਼ਾ ਸੀਗਾ, ਉਹ ਅਸੀਂ ਅੱਜ ਉਹਨਾਂ ਤੋਂ ਛਡਾ ਲਿਆ ਔਰ ਸਾਡਾ ਕਾਂਗਰਸ ਦਾ ਫਿਰ ਬੋਰਡ ਬਣਿਆ। 9 ਦੇ 9 ਡਾਇਰੈਕਟਰ ਕਾਂਗਰਸ ਪਾਰਟੀ ਦੇ ਬਣੇ। ਚੇਅਰਮੈਨ ਹੀ ਦੇਖੋ, ਇਹ ਪ੍ਰੋਸੈਸ ਹੁੰਦਾ। ਬੈਂਕ ਬੋਰਡ ਆਫ ਡਾਇਰੈਕਟਰ ਦੀ ਚੋਣ ਹੋ ਗਈ ਆ, ਉਹ ਅੱਜ ਪ੍ਰੋਸੈਸ ਇੱਥੋਂ ਤੱਕ ਖਤਮ ਹੋ ਗਿਆ। ਅਗਲਾ ਜਿਹੜਾ ਪ੍ਰੋਸੈਸ ਹੈਗਾ ਉਹ 15 ਦਿਨ ਦਾ ਟਾਈਮ ਹੁੰਦਾ, ਉਹ ਅਸੀਂ ਬੋਰਡ ਦੇ ਡਾਇਰੈਕਟਰ ਜਿੰਨੇ ਸਾਰੇ ਬੈਠ ਕੇ ਅਸੀਂ ਕੋਈ ਵੀ ਸਾਨੂੰ ਪ੍ਰੋਬਲਮ ਨਹੀਂ ਹੈਗੀ। ਸਾਡੇ ਕਈ ਨੁਮਾਇੰਦੇ ਉਹਦੇ ਵਿੱਚ ਚੁਣੇ ਜਾਣੇ ਨੇ। ਜੋ ਵੀ ਸਾਡਾ ਹਾਈਕਮਾਂਡ ਦਾ ਫੈਸਲਾ ਹੋਊਗਾ ਅਸੀਂ ਸੀ ਐੱਮ ਸਾਹਿਬ ਦੀ ਅਗਵਾਈ ਦੇ ਵਿੱਚ ਸਾਰੇ ਕਰਦਾ, ਜਿਹਨੂੰ ਬਣਾ ਦੇਣਗੇ ਸਾਨੂੰ ਬਿਲਕੁਲ ਅਸੀਂ ਮਨਜ਼ੂਰ ਕਰਾਂਗੇ ਜੀ। ਬਿਲਕੁਲ, ਇਹ ਬਹੁਤ ਵੱਡਾ ਕੁਐਸਚਨ ਆ। ਪਿਛਲੇ 3 ਸਾਲ ਤੋਂ ਸਰਕਾਰ ਜਦੋਂ ਦੀ ਸਾਡੀ ਕੈਪਟਨ ਅਮਰਿੰਦਰ ਸਿੰਘ ਦੀ ਬਣੀ ਆ, ਇਹ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਜੀ ਨੇ ਇੱਕ ਬਹੁਤ ਵੱਡਾ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਮੈਂ ਉਹਨਾਂ ਦੀ ਕਰਜ਼ੇ ਮਾਫੀ ਕਰੂੰਗਾ ਔਰ ਕਾਫੀ ਹੱਦ ਤੱਕ ਕਰਜ਼ੇ ਮਾਫੀ ਹੋ ਗਈ ਆ ਔਰ ਅਸੀਂ ਹੁਣ ਬੈਂਕ ਨੂੰ ਪ੍ਰੋਫਿਟ 'ਚ ਲੈ ਕੇ ਜਾਵਾਂਗੇ ਅਤੇ ਬੈਂਕ ਦੇ ਵਿੱਚੋਂ ਜਿੰਨੇ ਸਾਡੇ ਕਿਸਾਨ ਨੇ ਉਹਨਾਂ ਦੇ ਅਸੀਂ ਕਰਜ਼ੇ ਮਾਫੀ ਵਾਸਤੇ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਬੇਨਤੀ ਕਰਾਂਗੇ ਕਿ ਔਰ ਜਿਹੜੇ ਕਿਸਾਨਾਂ ਨੂੰ ਜਿੱਥੇ ਜਿੱਥੇ ਪ੍ਰੋਬਲਮਾਂ ਆ ਰਹੀਆਂ ਨੇ, ਜਿਨ੍ਹਾਂ ਨੂੰ ਕੋਈ ਲਿਮਟਾਂ ਦੀ ਪ੍ਰੋਬਲਮ ਹੈਗੀ, ਬੈਂਕਾਂ ਦੇ ਵਿੱਚ ਲੋਨ ਡਿਫਾਲਟਰ ਹੋਏ ਪਏ ਨੇ ਜਾਂ ਸਾਡੀਆਂ ਸੁਸਾਇਟੀਆਂ ਕੁਝ ਡਿਫਾਲਟਰ ਹੋਈਆਂ ਨੇ ਜਾਂ ਬੈਂਕਾਂ ਦੇ ਵਿੱਚ ਕੁਝ ਘਪਲੇਬਾਜ਼ੀ ਹੋਈ ਆ, ਉਹਨਾਂ ਸਾਰੀਆਂ ਨੂੰ ਅਸੀਂ ਧਿਆਨ 'ਚ ਮੁੱਖ ਰੱਖ ਕੇ ਸਾਰਾ ਬੋਰਡ ਜਿਹੜਾ ਹੈਗਾ ਉਹ ਫੈਸਲਾ ਕਰੇ। ਤਾਂ ਮੈਂ ਸਾਰਿਆਂ ਦਾ ਧੰਨਵਾਦ ਕਰਦਾ, ਤੁਹਾਡਾ ਧੰਨਵਾਦ ਕਰਦਾ, ਕਿਉਂ ਅੱਜ ਸਿਰਫ ਅੱਜ ਡਾਇਰੈਕਟਰ ਦੀ ਚੋਣ ਹੋਈ ਸੀਗੀ, ਜਿਹੜਾ ਗਾਂ ਵਾਲਾ ਜਿਹੜਾ ਮਤਲਬ ਕਿ ਉਹ ਪ੍ਰੋਸੈਸ ਅੱਜ ਹੋ ਗਿਆ ਅਤੇ ਯੂਥ ਵਾਲਾ ਜਦੋਂ ਸਾਰੇ ਡਾਇਰੈਕਟਰਸ ਇਕੱਠੇ ਹੋ ਕੇ ਕੰਮ ਕਰਨਗੇ ਆਪੇ ਪਤਾ ਲੱਗ ਜਾਣਾ ਕਿਹਦਾ ਕੰਮ ਵਧੀਆ। ਤੁਸੀਂ, ਤੁਹਾਡੇ ਫਾਦਰ ਸਾਹਿਬ ਕਹਿ ਰਹੇ ਹੋ ਮਿਨਿਸਟਰ ਹੈ ਜੀ, ਤੁਸੀਂ ਡਾਇਰੈਕਟਰ ਨਹੀਂ ਗਏ ਹੋ, ਤੁਸੀਂ ਕੀ ਕਿਸਾਨਾਂ ਵਾਸਤੇ ਵੱਧ ਵੱਧ ਕਰੋਗੇ ਜੀ? ਦੇਖੋ, ਵੱਧ ਤੋਂ ਵੱਧ ਅਸੀਂ ਲੋਕਾਂ ਤੱਕ, ਫਾਰਮਰਸ ਤੱਕ ਆਪਦੀ ਆਵਾਜ਼ ਪਹੁੰਚਾਵਾਂਗੇ, ਕਰਜ਼ੇ ਮਾਫ ਕਰਾਵਾਂਗੇ, ਗਰਾਊਂਡ ਰਿਐਲਿਟੀ 'ਤੇ ਕਈਆਂ ਨੂੰ ਹਜੇ ਆਪਣੇ ਜਿਹੜੇ ਫਾਰਮਰਸ ਹੈ ਨਹੀਂ ਪਤਾ ਹੁੰਦਾ। ਸਾਡਾ ਫਰਜ਼ ਬਣਦਾ ਹਲਕਾ ਰਾਮਪੁਰਾ ਫੂਲ ਦੇ ਜਿੰਨੇ ਵੀ ਮਤਲਬ ਕਿ ਸਾਡੇ ਫਾਰਮਰਸ ਹੈ, ਇੱਕ ਇੱਕ ਚੀਜ਼ ਜਿਹੜੀ ਸਰਕਾਰ ਦੀ ਹੈ ਉਹ ਅਸੀਂ ਗਰਾਊਂਡ ਰਿਐਲਿਟੀ 'ਤੇ ਫਾਰਮਰਸ ਕੋਲ ਲੈ ਕੇ ਜਾਵਾਂਗੇ ਅਤੇ ਮੁਹੱਈਆ ਕਰਾਵਾਂਗੇ। ਜਿਸ ਤਰ੍ਹਾਂ ਅਕਾਲੀ ਦਲ ਦਾ ਪਿਛਲੇ 13 ਸਾਲ ਤੋਂ ਕਬਜ਼ਾ ਸੀ, ਉਹਨੇ ਇਸ ਵਾਰ ਤੁਹਾਡੇ ਆਰੋਪ ਲਗਾਇਆ ਵੀ ਧੱਕੇ ਨਾਲ, ਉਹ ਤਾਂ ਜੀ ਆਰੋਪ ਲਾਈ ਜਾਂਦੇ ਆ, ਉਹ ਕੱਲ੍ਹ ਪਰਸੋਂ ਗੁਰਪ੍ਰੀਤ ਮਲੁੱਕਾ ਕੇ ਖੜ੍ਹ ਗਏ। ਦੇਖੋ, ਟਾਈਮ ਟਾਈਮ ਦੀਆਂ ਗੱਲਾਂ ਹੁੰਦੀਆਂ, ਪਹਿਲਾਂ ਕਿਤੇ ਉਹ ਹੁੰਦੇ ਸੀਗੇ, ਠੀਕ ਹੈ, ਅਤੇ ਸਮੇਂ ਸਮੇਂ ਦੀ ਗੱਲਾਂ, ਅੱਜ ਉਹ ਬਾਹਰ ਖੜ੍ਹੇ ਹੈ, ਉਹਨਾਂ ਨੇ ਤਾਂ ਲਾਉਣਾ ਹੈ, ਸਹੀ ਨੂੰ ਵੀ ਉਹਨਾਂ ਨੇ ਗਲਤ ਕਹਿਣਾ। ਤੁਹਾਡੇ ਕਹਿਣ ਦਾ ਮਤਲਬ ਤੁਸੀਂ ਆਪਦੇ ਪੂਰੀ ਇਮਾਨ ਦੇ ਨਾਲ ਇੱਥੇ ਪੂਰੀ ਇਮਾਨ ਕਿਸਾਨਾਂ ਨੂੰ ਕੋਈ ਸਮੱਸਿਆ ਨਹੀਂ ਜਮ੍ਹਾਂ ਨਹੀਂ ਆਉਣ ਦਿੰਦੇ? ਬੇਫਿਕਰ।